ਕਾਰ ਸਰਕਾਰ ਦੇ ਕੰਮ ਦੇ ਵਿੱਚ ਖਰੜ ਤੋਂ ਕੁਰਾਲੀ ਵੱਲ ਨੂੰ ਜਾ ਰਿਹਾ ਸੀ। ਉਹ ਮਰਿੰਡਾ ਜਿਹੜਾ ਕੱਟ ਆ, ਮਰਿੰਡਾ ਬਾਈਪਾਸ ਬਣਦਾ ਕੁਰਾਲੀ ਰੋਡ, ਉੱਥੇ ਬ੍ਰਿਜ ਆ ਜੀ ਜਿਹੜਾ ਹਾਈਵੇ 'ਤੇ ਬਣਿਆ। ਉਹ ਬ੍ਰਿਜ ਚੜ੍ਹਨ ਤੋਂ ਪਹਿਲਾਂ ਉੱਥੇ ਕਾਫੀ ਖੁੱਲ੍ਹੀ ਸੜਕ ਆ ਜੀ, ਓਵਰਟੇਕਿੰਗ ਰਾਈਟ ਤੋਂ ਵੀ ਲੈਫਟ ਤੋਂ ਵੀ ਆਰਾਮ ਨਾਲ ਹੋ ਸਕਦੀ ਹੈ। ਅਸੀਂ ਆਪਣੇ, ਮੈਂ ਅਤੇ ਮੁੰਡਾ ਮੇਰਾ ਡਰਾਈਵਰ ਸੀਗਾ ਜੋਰਾਵਰ ਸਿੰਘ, ਅਸੀਂ ਦੋਨੋਂ ਆਮ ਗੱਲਾਂ ਕਰਦੇ ਜਾ ਰਹੇ ਸੀ। ਇੱਕਦਮ ਮੈਨੂੰ ਲੈਫਟ ਸਾਈਡ ਤੋਂ ਮੇਰੇ 'ਤੇ ਜਿਵੇਂ ਫਾਇਰ ਹੋਇਆ, ਬਹੁਤ ਖੜਾਕ ਹੋਇਆ ਅੰਦਰ। ਇੱਕਦਮ ਜਦੋਂ ਖੜਾਕ ਹੋਇਆ ਤਾਂ ਜੋਰਾਵਰ ਨੇ ਉੱਥੋਂ ਗੱਡੀ ਖਿੱਚ ਲਈ, ਕਿਉਂਕਿ ਆਸੇ ਪਾਸੇ ਹੋਰ ਗੱਡੀਆਂ ਜਾ ਰਹੀਆਂ ਸੀਗੀਆਂ ਦੋ ਤਿੰਨ। ਸਾਨੂੰ ਲੱਗਿਆ ਵੀ ਮੈਂ ਤਾਂ ਕਿਹਾ ਰੁਕੇ, ਉਹਨਾਂ ਨੂੰ ਲੱਗਿਆ ਵੀ ਟਰੈਪ ਨਾ ਹੋਵੇ। ਉਹ ਜਦੋਂ ਇੱਕਦਮ ਅਸੀਂ ਉੱਥੋਂ ਮਤਲਬ ਗੱਡੀ ਖਿੱਚੀ, ਥੋੜ੍ਹੇ ਅੱਗੇ ਜਾ ਕੇ ਫਿਰ ਅਸੀਂ ਦੇਖਿਆ ਵੀ ਪਿੱਛੇ ਵੀ ਦੇਖਿਆ ਕੀ ਆ, ਉਹ ਜ਼ਿਆਦਾ ਮਤਲਬ ਹਨੇਰਾ ਹੋਣ ਕਰਕੇ ਉਹ ਮੇ ਵੀ ਇਹ ਲੱਗਦਾ ਵੀ ਫਾਇਰ ਕਰਕੇ ਅਸੀਂ ਬ੍ਰਿਜ 'ਤੇ ਚੜ੍ਹ ਕੇ ਉਹ ਥੱਲੇ ਨੂੰ ਹੋ ਗਈ। ਅਤੇ ਉਹ ਤੋਂ ਬਾਅਦ ਫਿਰ ਅਸੀਂ ਖੜ੍ਹਾ ਕੇ ਫਿਰ ਅਸੀਂ ਦੇਖਿਆ ਵੀ ਉਹ ਜਿਹੜਾ ਉਹਨੇ ਫਾਇਰ ਕੀਤਾ ਸੀ ਉਹ ਹੈੱਡ ਸ਼ੋਟ ਸੀਗਾ, ਮੇਰੇ ਸਿੱਧਾ ਸਿਰ 'ਚ ਵੱਜ ਸਕਦਾ ਸੀ। ਚਲੋ ਬਚਾ ਹੋ ਗਿਆ ਬਾਜੀ, ਮੈਂ ਆਪਣੇ ਅਫਸਰ ਸਾਹਿਬਾਨਾਂ ਦੇ ਧਿਆਨ 'ਚ ਲਿਆਂਦੀ ਗੱਲ ਜੀ। ਅਤੇ ਕੱਲ੍ਹ ਫਿਰ ਮੌਕੇ 'ਤੇ ਵੀ ਗਏ ਅਫਸਰ ਸਾਹਿਬਾਨ, ਮੇਰੇ ਬੌਸ ਆ ਐਸ ਐਸ ਪੀ ਸਾਹਿਬ ਦੇ ਧਿਆਨ 'ਚ ਲਿਆਂਦੀ, ਡੀ ਜੀ ਸਾਹਿਬ ਦੇ ਅਫਸਰਾਂ ਦੇ ਲਿਆਂਦੀ। ਕੱਲ੍ਹ ਫਿਰ ਮੌਕਾ ਦੇਖ ਕੇ ਹੁਣ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਜੀ, ਟੈਕਨੀਕਲ ਟੀਮਾਂ ਆਪਣਾ ਕੰਮ ਕਰ ਰਹੀਆਂ, ਵੀਡੀਓ ਫੋਟੇਜ ਵਾਲੀਆਂ ਜਿਹੜੀਆਂ ਟੀਮਾਂ ਅੱਡ ਲੈ ਰਹੀਆਂ, ਡੰਪ ਵਗੈਰਾ ਅੱਡ, ਸਾਰਾ ਕੁਛ ਸਿਸਟਮ ਚੱਲ ਰਿਹਾ। ਹਾਂਜੀ ਹਾਂਜੀ, ਮੈਨੂੰ ਪਿਛਲੇ ਸਾਲ ਥਰੈਟ ਆਏ ਸੀਗੇ, ਉਹਦਾ ਵੀ ਮੁਕੱਦਮਾ ਦਰਜ ਹੋਇਆ ਹੋਇਆ ਜੀ। ਐਸੀ ਕੋਈ ਗੱਲ ਨਹੀਂ ਜੀ, ਸੁਣੀ ਸੁਣਾਈ ਗੱਲ ਕਹੀ ਜਾਂਦੇ ਹਾਂ ਸਰ, ਮਤਲਬ ਕੋਈ ਇੱਦਾਂ ਸਰਕਾਰੀ ਨਹੀਂ ਸੀਗੀ ਲਈ ਜੀ, ਉਹਦਾ ਥਰੈਟ ਆਈ ਹੋਈ। ਹਾਂਜੀ, ਸਿੰਘ ਭਗਵੰਤਪੁਰਾ ਥਾਣਾ ਰੋਪੜ ਡਿਸਟ੍ਰਿਕਟ ਦਾ, ਉਹ ਏਰੀਆ ਉਹਨਾਂ ਦਾ ਬਣਦਾ ਸੀਗਾ ਜੀ। ਐਸ ਐਚ ਓ ਆਪਣੇ ਯੋਗੇਸ਼ ਜੀ ਹੈਗੇ ਆ, ਡੀ ਐਸ ਪੀ ਮੈਮ ਹਰਜਿੰਦਰ ਕੌਰ ਜੀ, ਉਹ ਵੀ ਮੌਕੇ 'ਤੇ ਕੱਲ੍ਹ ਆਏ, ਮੌਕਾ ਦੇਖਿਆ। ਅਤੇ ਐਸ ਐਸ ਪੀ ਸਾਹਿਬ ਰੋਪੜ ਜੀ ਦੇ ਧਿਆਨ 'ਚ ਵੀ ਸਾਰੀ ਗੱਲਬਾਤ ਜੀ। ਇਹ ਕਰੀਬ ਪਰਸੋਂ 11 ਵਜੇ